ਹੋ ਜੀ ਤੁਹਾਨੂੰ ਪਤਾ ਜਿਵੇਂ ਦਸੰਬਰ ਮਹੀਨੇ ਤੇ ਅੱਜ ਲੰਗਰ ਸ਼ੰਗਰ ਵੱਧ ਹੁੰਦਾ ਹੈ ਅਤੇ ਸਾਡੇ ਨਾਲ ਹੀ ਇੱਥੇ ਲੰਗਰ ਵੀ ਡੀਜਦੇ ਸੀ। ਮੈਂ ਬਿੱਲੀ ਨੂੰ ਕਾਲ ਕੀਤੀ ਯਾਰ ਲੰਗਰ ਖਿਲਾ, ਉਹਨੇ ਚਾਵਲ ਖਿਲਾ ਤੇ ਮੇਰੇ ਵਾਸਤੇ ਕੱਟਿਆ ਲਏ ਅਤੇ ਮੈਂ ਅੰਦਰ ਇੰਟਰ ਵਗੈਰਾ ਭੁੱਲ ਗਿਆ ਯਾਰ, ਲੀਨ ਤਾਂ ਲਈ ਨਹੀਂ। ਮੈਂ ਵਾਪਸ ਉਹਨੂੰ ਮੁੰਡੇ ਨੂੰ ਆਵਾਜ਼ ਮਾਰੀ ਮਗਰੋਂ ਜਦੋਂ ਨਿਕਲ ਗਿਆ ਸੀ। ਮੈਂ ਚਾਵਲ ਰੱਖੇ, ਮੈਂ ਕਿਹਾ ਯਾਰ ਰੱਖੀ ਇਹਨੂੰ, ਉਹਨੂੰ ਕਾਲ ਕਰਕੇ ਕਹਿ ਦਿਆਂਗੇ। ਉਹਦੇ ਨੂੰ ਬਿੱਲੀ ਟੱਕਰ ਗਿਆ, ਮੈਂ ਉਹਨੂੰ ਕਲਾਇਆ, ਮੈਂ ਜਾ ਯਾਰ ਲੀਨ ਦਾ ਕੀ ਚਾਹੀਦਾ, ਸ਼ਰਮਿੰਦਾ ਹੋ ਕੇ ਚਲਾ ਗਿਆ। ਮੈਂ ਫਿਰ ਉਹਨੂੰ ਕਾਲ ਕੀਤੀ, ਮੈਂ ਬਿੱਲੀ ਯਾਰ ਲੀਨ ਤਾਂ ਕਲਾ, ਉਹਨੇ ਆਖਿਆ ਉਹਨੇ ਆ ਗਈ ਬਸ। ਅੰਦਰ ਮੇਰਾ ਆਉਂਦੇ ਨੂੰ ਬਾਈ ਆ ਗਿਆ, ਉਹਨੇ ਆ ਬਾਈ ਪਲੇਟ, ਮੈਂ ਕਿਹਾ ਹਾਏ ਕਰੋ, ਮੈਂ ਆਏ ਕਿਆ ਸਭ ਤੋਂ। ਆਉਂਦੇ ਨੂੰ ਯਾਰ ਬਾਬਾ ਵੇਟ ਕੀਤਾ, ਕੋਈ ਸ਼ੈ ਨਹੀਂ ਟੱਕਰੀ। ਥੋੜ੍ਹੇ ਕੁ ਚਿਰ ਬਾਅਦ ਨਾ ਉਹ ਮੁੰਡਾ ਇੱਕ ਭੱਜਾ ਲੀਮ ਲੈ ਕੇ, ਮੈਂ ਯਾਰ ਖਿੱਚੀ ਇਹਨੂੰ ਹੁਣ ਜਾਏ ਘਰ ਨੂੰ। ਮੁੰਡੇ ਨੇ ਸਲਾਮ ਕੀਤਾ, ਇੱਕ ਪਲੇਟ ਖਾਲੀ ਦਿੱਤੀ, ਮੈਂ ਇੱਕ ਹੋਰ ਲੈ ਕੇ ਆ। ਅਸੀਂ ਦੋਵੇਂ ਘਰ ਨੂੰ ਹੋਏ, ਲਓ ਜੀ ਮੈਂ ਆ। ਅਤੇ ਹੁਣ ਅਸੀਂ ਬਹਿ ਕੇ ਖਾਣਾ ਸ਼ੁਰੂ ਕੀਤਾ ਜੀ। ਮੈਂ ਲੀਮ ਦੇ ਵਿੱਚ ਚੌਲਾਂ ਨੂੰ ਗੋਟੇ ਦਵਾਏ, ਉਹ ਮੈਂ ਕਮਾ ਕੇ ਆ, ਬੋਟੀ ਕੋਸ਼ਿਸ਼ ਕੀਤੀ ਨਾਲ ਖਾਣ ਦੀ, ਮਗਰ ਸਖਤ ਬੜੀ ਸੀ। ਫਿਰ ਮੈਂ ਇਕੱਲੇ ਚੌਲ ਹੀ ਖਾਧੇ, ਕਮਾ ਰਹੇ ਵੀ ਓਕੇ।